ਵਾਹਿਗੁਰੂ 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 ਸਤਨਾਮ ਸ਼੍ਰੀ ਵਾਹਿਗੁਰੂ ਜੀ ਹਮੇਸ਼ਾ ਰਹਿੰਦੀ ਭਗਤੀ ਤੇ ਸ਼ਕਤੀ ਪਾਰਸ ਮਿਲਦੀ ਹਰ ਸਿੱਖ ਨੂੰ ਰਹਿੰਦੀ ਲੰਗਰ ਤੇ ਪੰਗਤ ਇੱਥੇ ਚੱਲਦੀ ਹਮੇਸ਼ਾ ਰਹਿੰਦੀ ਭਗਤੀ ਤੇ ਸ਼ਕਤੀ ਪਾਰਸ ਮਿਲਦੀ ਹਰ ਸਿੱਖ ਨੂੰ ਰਹਿੰਦੀ ਲਿਖਦਾ ਸਤਬੀਰ ਹਨੀ ਮਾਣਾ ਆਇਆ ਤੇਰੇ ਦਰ ਤੇ ਢਾਡੀ ਸਿੰਘ ਅਰਜਾ ਕਰਦੇ ਖੜਕੇ ਦਾਤਾ ਤੇਰੇ ਦਰ ਤੇ ਢਾਡੀ ਸਿੰਘ ਅਰਜਾ ਕਰਦੇ ਖੜਕੇ ਦਾਤਾ ਤੇਰੇ ਦਰ ਤੇ ਢਾਡੀ ਸਿੰਘ ਅਰਜਾ ਕਰਦੇ ਖੜਕੇ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤੇ ਨਾ ਕਹਿ ਪਾਸ
ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ ਜੁਗੋ ਜੁਗ ਅਟਲ ਛਤਰ ਚਵਰ ਤਖਤਾਂ ਦੇ ਮਾਲਕ ਧੰਨ ਧੰਨ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਗੁਰਗੱਦੀ ਤੇ ਵਿਰਾਜਮਾਨ ਰਾਜਾਨ ਰਾਜਪਹਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਕੇ ਆਪਣੇ ਮਨ ਨੂੰ ਆਪਣੇ ਹਿਰਦੇ ਨੂੰ ਭਗਤੀ ਦੇ ਰੰਗ ਵਿੱਚ ਰੰਗਣ ਵਾਸਤੇ ਸਤਸੰਗਤ ਦਾ ਆਨੰਦ ਮਾਣ ਰਹੇ ਸਮੂਹ ਗੁਰਮੁਖ ਪਿਆਰੇ ਸਤਸੰਗੀ ਜਨੋ ਜਿੰਨੀ ਵੀ ਆ ਭੈਣਾਂ ਮਾਤਾਵਾਂ ਬਜ਼ੁਰਗ ਨੌਜਵਾਨ ਬੱਚੇ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਹੋ ਆਓ ਜੀ ਸਤਿਗੁਰਾਂ ਦੇ ਬਚਨ ਨੇ ਕਿ ਮਹਾਰਾਜ ਜੀ ਕਿਰਪਾ ਕਰੋ ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਭਗਤੀ ਦਾ ਰੰਗ ਸਾਡੇ ਮਨ ਨੂੰ ਲੱਗ ਜਾਵੇ ਉਹਦੇ ਵਾਸਤੇ ਸਾਹਿਬ ਕਹਿੰਦੇ ਨੇ ਸਿਮਰਨ ਅਤੇ ਸਾਧ ਸੰਗਤ ਜ਼ਰੂਰੀ ਹੈ ਜੁੜੇ ਹੋਇਆਂ ਦੀ ਸੰਗਤ ਜ਼ਰੂਰੀ ਹੈ ਔਰ ਸਾਡਾ ਸਿਮਰਨ ਹੈ ਵਾਹਿਗੁਰੂ ਭਾਈ ਗੁਰਦਾਸ ਜੀ ਕਹਿੰਦੇ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ ਜਦੋਂ ਆਪਾਂ ਫਤਿਹ ਬੁਲਾਉਂਦੇ ਹਾਂ ਜੋ ਸਾਡਾ ਮੁੱਢਲਾ ਫਰਜ਼ ਹੈ ਹੁਕਮ ਹੈ ਦਸਵੇਂ ਪਾਤਸ਼ਾਹ ਦਾ ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ ਦੋ ਵਾਰੀ ਵਾਹਿਗੁਰੂ ਸ਼ਬਦ ਦੇ ਵਿੱਚ ਉਚਾਰਨ ਹੁੰਦਾ ਆ ਮੇਰੀ ਬੇਨਤੀ ਹੈ ਕਿ ਸਾਰਿਆਂ ਨੇ ਫਤਿਹ ਬੁਲਾਉਣੀ ਹੈ ਅਤੇ ਪੂਰੀ ਬੁਲਾਉਣੀ ਹੈ ਇਹ ਵੀ ਬੜਾ ਰਿਵਾਜ਼ ਚੱਲ ਗਿਆ ਸ਼ੋਰਟਕੱਟ ਦਾ ਜ਼ਮਾਨਾ ਆ ਗਿਆ ਮੈਂ ਕੋਈ ਫਤਿਹ ਬੁਲਾਈ ਜੀ ਮੈਂ ਫਤਿਹ ਬੁਲਾਈ ਅੱਗੋਂ ਕਹਿੰਦਾ ਉਹ ਜੀ ਸੇਮ ਟੂ ਯੂ ਮੈਂ ਤਾਂ ਹੈਰਾਨ ਹੋਇਆ ਵੀ ਇਹ ਕਿਹੜਾ ਪ੍ਰੋਗਰਾਮ ਚੱਲ ਗਿਆ ਨਵਾਂ ਇੱਕ ਨੂੰ ਬੁਲਾਈ ਫਤਿਹ ਉਹ ਕਹਿੰਦਾ ਮੈਂ ਕਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਹਿੰਦਾ ਜੀ ਵਾਹਿਗੁਰੂ ਖਾਲਸਾ ਵਾਹਿ ਫਤਿਹ ਸੁਣਿਆ ਹੋਏਗਾ ਤੁਸੀਂ ਵੀ ਕਹੀਆਂ ਤੋਂ ਵਾਹਿ ਖਾਲਸਾ ਵਾਹਿ ਫਤਿਹ ਇਹ ਸਾਡੀ ਫਤਿਹ ਨਹੀਂ ਜੋ ਕਲਗੀਧਰ ਮਹਾਰਾਜ ਨੇ ਸਾਨੂੰ ਦਿੱਤੀ ਸੀ ਸਾਡੀ ਫਤਿਹ ਉਹ ਹੈ ਜਿਹਨੂੰ ਬੁਲਾਉਣ ਦੇ ਨਾਲ ਸਾਡੇ ਰਗ ਰਗ ਜੋਸ਼ ਵਿੱਚ ਆ ਜਾਵੇ ਜਿਹਨੂੰ ਬੁਲਾਉਣ ਦੇ ਨਾਲ ਸਾਡਾ ਇੱਕ ਇੱਕ ਸਰੀਰ ਦਾ ਰੋਮ ਖਿੜ ਜਾਵੇ ਜਿਵੇਂ ਭਾਈ ਕਹਿੰਦੇ ਨੇ ਨਾ ਗੁਰਮੁਖ ਰੋਮ ਰੋਮ ਹਰ ਧਿਆਵੈ ਐਸੀ ਕਿਰਪਾ ਬਣ ਜਾਵੇ ਸਿਆਣੇ ਕਹਿੰਦੇ ਜਿਹਦੀ ਜ਼ਬਾਨ ਤੇ ਫਤਿਹ ਉਹਦੀ ਮੈਦਾਨ ਤੇ ਫਤਿਹ ਜਿਹਦੀ ਬੁੱਲਾਂ ਤੇ ਫਤਿਹ ਉਹਦੀ ਕੁੱਲਾਂ ਤੇ ਫਤਿਹ ਜਿਹਦੀ ਰੱਗ ਵਿੱਚ ਫਤਿਹ ਉਹਦੀ ਜੱਗ ਵਿੱਚ ਫਤਿਹ ਜਿਹੜਾ ਬੁਲਾਵੇ ਢਿੱਲੀ ਫਤਿਹ ਉਹਨੂੰ ਕਦੇ ਨਾ ਮਿਲੀ ਫਤਿਹ ਜਿਹੜਾ ਫਤਿਹ ਬੁਲਾਉਂਦਾ ਗੱਜ ਕੇ ਉਹਨੂੰ ਮਿਲਦੀ ਆ ਫਤਿਹ ਭੱਜ ਕੇ ਬੈਠੋ ਸਾਰੇ ਸੱਜ ਕੇ ਫਤਿਹ ਬੁਲਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਦੇ ਫਤਿਹ ਬੁਲਾਉਣ ਦੇ ਅੰਦਾਜ਼ ਵਿੱਚ ਮੈਨੂੰ ਥੋੜਾ ਜਿਹਾ ਹੌਸਲਾ ਮਿਲਿਆ ਆ ਕਿ ਆਪ ਜੀ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਨੰਦ ਵਿੱਚ ਬੈਠੇ ਹੋ ਬੜੇ ਭਾਗਾਂ ਵਾਲੇ ਹੋ ਲਗਾਤਾਰ ਦੇਖੋ ਮਹਾਂਪੁਰਸ਼ਾਂ ਦਾ ਕਿੱਡਾ ਉਪਰਾਲਾ ਆ ਕਿੰਨੇ ਦਿਨਾਂ ਤੋਂ ਲਗਾਤਾਰ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਜਾਪ ਅਖੰਡ ਚੱਲੇ ਅਤੇ ਸਾਰਾ ਪਾਠ ਸਪੀਕਰ ਵਿੱਚ ਹੁੰਦਾ ਆ ਗੁਣ 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 ਵਾਲਾ ਪਾਠ ਨਹੀਂ ਹੁੰਦਾ ਪੂਰਾ ਪਾਠ ਸੁਣਾ ਕੇ ਹੁੰਦਾ ਆ ਫਿਰ ਲਗਾਤਾਰ ਦੀਵਾਨ ਸਜੇ ਨੇ ਜਿਨ੍ਹਾਂ ਰਾਗੀ ਕਵੀਸ਼ਰ ਢਾਡੀਆਂ ਨੂੰ ਕਥਾਕਾਰਾਂ ਨੂੰ ਆਪਾਂ ਯੂਟਿਊਬ 'ਤੇ ਜਾਂ ਵੱਡੇ ਚੈਨਲਾਂ 'ਤੇ ਸੁਣਦੇ ਹਾਂ ਉਹ ਇਸ ਯਮੁਨਾਨਗਰ ਦੀ ਧਰਤੀ 'ਤੇ ਅਤਿ ਸਤਿਕਾਰਯੋਗ ਮਹਾਂਪੁਰਖ ਮਹੰਤ ਕਰਮਜੀਤ ਸਿੰਘ ਜੀ ਉਹਨਾਂ ਦੇ ਉਪਰਾਲੇ ਸਦਕਾ ਪਹੁੰਚਦੇ ਨੇ ਆਪ ਜੀ ਆਨੰਦ ਮਾਣਦੇ ਹੋ ਗੁਰੂ ਮਹਾਰਾਜ ਮਿਹਰ ਕਰੇ ਆਪ ਦੀ ਹਾਜ਼ਰੀ ਇਸੇ ਤਰ੍ਹਾਂ ਆਨੰਦ ਵਿੱਚ ਲੱਗੀ ਰਹੇ ਲਗਾਤਾਰ ਗੁਰਬਾਣੀ ਦਾ ਮਿੱਠਾ ਜਾਪ ਆਪ ਜੀ ਸਰਵਣ ਕਰ ਰਹੇ ਸੀ ਢਾਡੀ ਵੀ ਚਾਹੀਦੇ ਨੇ ਥੋੜ੍ਹਾ ਜਿਹਾ ਨਮਕੀਨ ਵੀ ਸਵਾਦ ਚਾਹੀਦਾ ਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਬਾਣੀ ਪੜ੍ਹਨ ਅਤੇ ਕਥਾ ਕੀਰਤਨ ਦਾ ਮਹਾਤਮ ਦਿੱਤਾ ਆ ਉੱਥੇ ਇਤਿਹਾਸ ਦੇ ਬਾਰੇ ਵੀ ਕਹਿੰਦੇ ਨੇ ਸੱਚੇ ਪਾਤਸ਼ਾਹ ਦੇ ਬਚਨ ਨੇ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਇੱਕ ਮੇਰੀ ਬੇਨਤੀ ਹੈ ਭਾਈ ਸਾਹਿਬ ਭਾਈ ਨੰਦ ਲਾਲ ਜੀ ਗੋਇਆ ਨੰਦ ਲਾਲ ਜੀ ਜਿਹੜੇ ਦੁਨੀਆਂ ਦੇ ਬਹੁਤ ਵੱਡੇ ਮਹਾਨ ਵਿਦਵਾਨ ਨੇ ਜਿਨ੍ਹਾਂ ਦੀ ਸਤਸੰਗ ਦੀ ਹਾਜ਼ਰੀ ਨੂੰ ਦਿੱਲੀ ਦਰਬਾਰ ਵੀ ਤਰਸਦਾ ਸੀ ਉਹ ਭਾਈ ਨੰਦ ਲਾਲ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਸ਼ਨ ਕਰ ਰਹੇ ਨੇ ਉਹਨੇ ਗੱਲ ਕਹੀ ਸੱਚੇ ਪਾਤਸ਼ਾਹ ਧੰਨ ਬਾਜਾਂ ਵਾਲੇ ਆ ਗਾ ਜਾਹੇ ਬੇਚਕਾਰੀਏ ਸਾਹਿਬ ਜੀ ਕਿਰਪਾ ਕਰੋ ਮੇਰੇ 'ਤੇ ਰਹਿਮਤ ਕਰੋ ਇੱਕ ਬਖਸ਼ਿਸ਼ ਕਰੋ ਮਹਾਰਾਜ ਕਹਿੰਦੇ ਕੀ ਸੱਚੇ ਪਾਤਸ਼ਾਹ ਜੀ ਮੇਰੇ 'ਤੇ ਇੱਕ ਰਹਿਮਤ ਦੀ ਪਿਚਕਾਰੀ ਮਾਰ ਦਿਓ ਸਾਹਿਬ ਜੀ ਇਹ ਦੁਨੀਆ ਜਿਹੜੀ ਬੇਰੰਗ ਹੈ ਨਾ ਬੇਰੰਗ ਜਿਹੜੀ ਦੁਨੀਆ ਬਲੈਕ ਐਂਡ ਵਾਈਟ ਹੈ ਇੱਕ ਟੀ ਵੀ ਪਹਿਲਾਂ ਬਲੈਕ ਐਂਡ ਵਾਈਟ ਹੁੰਦਾ ਸੀ ਜਿਹਦੇ ਵਿੱਚ ਕੇਵਲ ਚਿੱਟਾ ਅਤੇ ਕਾਲਾ ਦਿਸਦਾ ਸੀ ਹੁਣ ਅੱਜ ਕੱਲ੍ਹ ਰੰਗੀਨ ਆ ਗਏ
ਇਹ ਬਲੈਕ ਐਂਡ ਵਾਈਟ ਦੀ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਹੈ, ਦੁੱਖ ਹੈ ਜਾਂ ਸੁੱਖ ਹੈ, ਤੀਜਾ ਕੋਈ ਰੰਗ ਨਹੀਂ ਇਹਨੇ ਵੇਖਿਆ। ਪਰ ਜਿਹੜੇ ਨਾਮ ਜਪਦੇ ਨੇ, ਭਗਤੀ ਕਰਦੇ ਨੇ, ਉਹਨਾਂ ਨੂੰ ਭਗਤੀ ਦਾ ਰੰਗ ਚੜ੍ਹਦਾ ਆ, ਉਹਨਾਂ ਨੂੰ ਨਾਮ ਦਾ ਰੰਗ ਚੜ੍ਹਦਾ ਆ, ਕਿਤੇ ਸੇਵਾ ਦਾ ਰੰਗ ਚੜ੍ਹਦਾ। ਭਾਈ ਘਨੱਈਏ ਵਰਗੇ ਨੂੰ, ਸੰਤ ਨੀਚਲ ਸਿੰਘ ਜੀ ਵਰਗਿਆਂ ਮਹਾਂਪੁਰਖਾਂ ਨੂੰ ਕਿਤੇ ਸਾਧ ਸੰਗਤ ਜੀ ਨਾਮ ਦਾ ਰੰਗ ਚੜ੍ਹਦਾ, ਬਾਬਾ ਸ਼ਾਮ ਸਿੰਘ ਜੀ ਵਰਗਿਆਂ ਨੂੰ ਜਿਹੜੇ 50-50 ਸਾਲ ਤੋਂ ਵੀ ਬਾਅਦ ਸ੍ਰੀ ਦਰਬਾਰ ਸਾਹਿਬ ਕੀਰਤਨ ਕਰਦੇ ਨੇ। ਸਤਿਗੁਰ ਮਿਹਰ ਕਰੇ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇਹ ਹੋਲਾ ਮਹੱਲਾ ਦਿੱਤਾ। ਸਮਾਂ ਬੜਾ ਸੀਮਤ ਹੈ, ਬਿਲਕੁਲ ਐਨ ਸਾਹਮਣੇ ਪਿਆ ਟਾਈਮ ਪੀਸ, ਇਹ ਬਿਲਕੁਲ ਵੀ ਅਗਾਂਹ ਨਹੀਂ ਜਾਣ ਦਿੰਦਾ। ਸੋ ਮੈਂ ਆਪਣੇ ਸਮੇਂ ਦੇ ਦਾਇਰੇ 'ਚ ਰਹਿ ਕੇ ਇੱਕੋ ਹੀ ਕਵਿਤਾ ਕਹਿਣੀ ਹੈ, ਕਿਉਂਕਿ ਸਮੇਂ ਇਜਾਜ਼ਤ ਨਹੀਂ ਦਿੰਦਾ ਮੈਂ ਵਿਸਤਾਰ ਵੀ ਜਾਵਾਂ। ਹੋਲੇ ਮਹੱਲੇ ਦਾ ਜਿਹੜਾ ਅਰਥ ਹੈ, ਜਿਹੜੇ ਹੋਲੇ ਮਹੱਲੇ ਦੀ ਡੈਫੀਨੇਸ਼ਨ ਹੈ, ਕਈ ਵਾਰੀ ਮੈਨੂੰ ਪੁੱਛਦੇ ਨੇ, ਮੈਂ ਕਹਿ ਦੇਵਾਂ, ਭਾਈ ਨਿਹਾਲ ਸਿੰਘ ਜੀ ਦਸਵੇਂ ਪਾਤਸ਼ਾਹ ਦੇ 52 ਕਵੀਆਂ ਵਿੱਚੋਂ ਸਿਰਮੋਰ ਕਵੀ ਉਹਨਾਂ ਲਿਖਿਆ ਆ, ਮੈਂ ਉਹਦੀ ਵਿਆਖਿਆ ਨਹੀਂ ਕਰਾਂਗਾ ਕਿਉਂਕਿ ਸਮਾਂ ਨਹੀਂ। ਉਹ ਕਹਿੰਦੇ ਨੇ, ਬਰਛਾ ਢਾਲ ਕਟਾਰਾ ਤੇਗਾ ਕੜਛਾ ਦੇਗਾ ਗੋਲਾ ਹੈ। ਫਿਰ ਸੁਣਿਓ, ਬਰਛਾ ਢਾਲ ਕਟਾਰਾ ਤੇਗਾ ਕੜਛਾ ਦੇਗਾ ਗੋਲਾ ਹੈ, ਸੁਪਟ ਸੁਚਾਲਾ ਅਰਲਖ ਬਾਹਾ ਕਲਗਾ ਸਿੰਘ ਸੁਚਾਲਾ ਹੈ, ਛਕਾ ਪ੍ਰਸਾਦ ਸਜਾ ਦਸਤਾਰਾ ਅਰਕਰ ਦੋਨਾ ਟੋਲਾ ਹੈ, ਅਪਰ ਮੁਛੇਰਾ ਦਾੜਾ ਜੈਸੇ ਤੈਸੇ ਬੋਲਾ ਹੋਲਾ ਹੈ। ਇਹ ਹੋਲਾ ਮਹੱਲਾ ਮੇਰੇ ਸਾਹਿਬ ਕਹਿੰਦੇ, ਔਰਨ ਕੀ ਹੋਲੀ ਮਮ ਹੋਲਾ ਕਹਿਓ ਕਿਰਪਾ ਨਿਧ ਬਚਨਾ ਮੋਲਾ। ਆਨੰਦਪੁਰ ਦੀ ਸਾਹਿਬ ਦੀ ਧਰਤੀ ਦੇ ਉੱਤੇ ਜਿਵੇਂ ਹੋਲਾ ਮਹੱਲਾ ਮਨਾਇਆ ਗਿਆ 1700 ਈਸਵੀ ਨੂੰ, 1757 ਬਿਕਰਮੀ ਔਰ ਚੇਤ ਵਧੀ ਏਕਮ ਵਾਲੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਦੇ ਨਾਲ ਅੱਜ ਵਿੱਚ ਆਨੰਦਪੁਰ ਦੇ ਖੇਲਦਾ ਪੰਥ ਖਾਲਸਾ ਹੋਲਾ। ਅੱਜ ਵਿੱਚ ਆਨੰਦਪੁਰ ਦੇ ਖੇਡਦਾ ਪੰਥ
ਪੰਥ ਖਾਲਸਾ ਹੋਲਾ ਗੜੀ ਤੋਂ ਪਾਏ ਗੂੰਜਣ ਜੈਕਾਰ ਜੀ ਜਦੋਂ ਸਿੰਘ ਹੋਲ ਗੜ ਵੱਲ ਆਏ ਕਰਕੇ ਅਰਦਾਸਾ ਜੀ ਚੱਲ ਕੇਸ ਗੜੀ ਤੋਂ ਪਾਏ ਗੂੰਜਣ ਜੈਕਾਰ ਜੀ ਜਦੋਂ ਸਿੰਘ ਹੋਲ ਗੜ ਵੱਲ ਆਏ ਸਿੰਘ ਖੇਡਣ ਗਤਕਾ ਜੀ ਜਿਨ੍ਹਾਂ ਦਾ ਜੱਗ ਤੋਂ ਵੱਖਰਾ ਬੋਲਾ ਅੱਜ ਵਿੱਚ ਅਨੰਦਪੁਰ ਦੇ ਖੇਡਦਾ ਪੰਥ ਖਾਲਸਾ ਹੋਲਾ ਅੱਜ ਵਿੱਚ ਅਨੰਦਪੁਰ ਦੇ ਖੇਡਦਾ ਪੰਥ ਖਾਲਸਾ ਹੋਲਾ ਬਚਨ ਜੋ ਬਹੁਤ ਪਿਆਰੇ ਵਿੱਚ ਪੰਥ ਖਾਲਸੇ ਦੇ ਹੋਣਗੇ ਮੇਰੇ ਹੀ ਦੀਦਾਰੇ ਕਲਗੀਧਰ ਸਤਿਗੁਰ ਨੇ ਕੀਤੇ ਬਚਨ ਜੋ ਬਹੁਤ ਪਿਆਰੇ ਜੋ ਬਹੁਤ ਪਿਆਰੇ ਵਿੱਚ ਪੰਥ ਖਾਲਸੇ ਦੇ ਹੋਣਗੇ ਮੇਰੇ ਹੀ ਦੀਦਾਰੇ ਕਲਗੀਧਰ ਸਤਿਗੁਰ ਨੇ ਕੀਤੇ ਬਚਨ ਜੋ ਬਹੁਤ ਪਿਆਰੇ ਵਿੱਚ ਪੰਥ ਖਾਲਸੇ ਦੇ ਹੋਣਗੇ ਮੇਰੇ ਹੀ ਦੀਦਾਰੇ ਹਾਂਡੀ ਖੇੜੇ ਵਾਲੇ ਤੇ ਪਾਰਸ ਤੇਰੇ ਦਰ ਦਾ ਗੋਲਾ ਹਾਂਡੀ ਖੇੜੇ ਵਾਲੇ ਤੇ ਪਾਰਸ ਤੇਰੇ ਦਰ ਦਾ ਗੋਲਾ ਅੱਜ ਵਿੱਚ ਅਨੰਦਪੁਰ ਦੇ ਖੇਡਦਾ ਪੰਥ ਖਾਲਸਾ ਹੋਲਾ ਅੱਜ ਵਿੱਚ ਅਨੰਦਪੁਰ ਦੇ ਖੇਡਦਾ ਪੰਥ ਖਾਲਸਾ ਹੋਲਾ ਅੱਜ ਵਿੱਚ ਅਨੰਦਪੁਰ ਦੇ ਖੇਡਦਾ ਪੰਥ ਖਾਲਸਾ ਹੋਲਾ ਹੋ ਹੋ ਲੋਕਾਂ ਦੀਆਂ ਕੜਛੀ ਤੇ ਖਾਲਸੇ ਦਾ ਕੜਛਾ ਲੋਕਾਂ ਦੀ ਬਰਛੀ ਖਾਲਸੇ ਦਾ ਬਰਛਾ ਲੋਕਾਂ ਦੀ ਮੁੱਛਾਂ ਖਾਲਸੇ ਦੇ ਮੁਛਹਿਰੇ ਲੋਕਾਂ ਦੀ ਦਾੜੀ ਖਾਲਸੇ ਦਾ ਦਾੜਾ ਲੋਕ ਕਹਿੰਦੇ ਟ੍ਰੇਨ ਖਾਲਸਾ ਕਹਿੰਦਾ ਭੂਤਨੀ ਲੋਕ ਕਹਿੰਦੇ ਇੰਜਣ ਖਾਲਸਾ ਕਹਿੰਦਾ ਤੇਜਾ ਸਿਉਂ ਲੋਕ ਕਹਿੰਦੇ ਬੱਸ ਖਾਲਸਾ ਕਹਿੰਦਾ ਨੱਕ ਵੱਡੀ ਲੋਕ ਕਹਿੰਦੇ ਗੰਢਾ ਪਿਆਜ਼ ਤੇ ਖਾਲਸਾ ਕਹਿੰਦਾ ਰੂਪਾ ਲੋਕ ਕਹਿੰਦੇ ਮਿਰਚਾਂ ਖਾਲਸਾ ਕਹਿੰਦਾ ਲੜਾਕੀਆਂ ਲੋਕ ਕਹਿੰਦੇ ਗੁੜ ਖਾਲਸਾ ਕਹਿੰਦਾ ਸਿਰ ਜੋੜ ਲੋਕ ਕਹਿੰਦੇ ਚਿੰਨੀ ਸ਼ੂਗਰ ਚਿੰਨੀ ਤੇ ਖਾਲਸਾ ਕਹਿੰਦਾ ਸਿਰ ਖਿੰਡੀ ਲੋਕ ਕਹਿੰਦੇ ਗਲਾਸ ਖਾਲਸਾ ਕਹਿੰਦਾ ਬੇਤਬਾਰਾ ਲੋਕ ਕਹਿੰਦੇ ਅੰਨਾ ਖਾਲਸਾ ਕਹਿੰਦਾ ਸੁਜਾਖਾ ਲੋਕ ਕਹਿੰਦੇ ਲੰਗੜਾ ਖਾਲਸਾ ਕਹਿੰਦਾ ਸੁਚਾਲਾ ਲੋਕ ਕਹਿੰਦੇ ਬੋਲਾ ਖਾਲਸਾ ਕਹਿੰਦਾ ਚੁਬਾਰੇ ਚੜ੍ਹਿਆ ਹੋਰ ਬੜੇ ਨੇ ਗੁਜ਼ਾਰਾਂ ਦੇ ਹਿਸਾਬ ਨਾਲ ਨੇ ਮਹਾਨ ਕੋ ਉਸ ਵਿੱਚ ਭਾਈ ਸਾਹਿਬ ਭਾਈ ਕਾਨ ਸਿੰਘ ਨਾਭੇ ਨੇ ਬਹੁਤ ਕੁਝ ਲਿਖਿਆ ਆ ਪਰ ਉਹ ਸਮੇਂ ਨਹੀਂ ਅਲਦਾਦ ਦਿੰਦਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਰਹੀ ਵਾਸਤੇ ਖੱਤ ਸਮੇਂ ਨੇ ਇੱਕ ਨਾ ਮੰਨੀ ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ ਤਰੀਖੇ ਆਪਣੇ ਵੇਗ ਗਿਆ ਟੁੱਪ ਬੰਨੋ ਬੰਨੀ
हो अजो संभाल इस समय ठहरन मूल ना जानदा लंघ गया ना मुड़ के आउंदा। विद्वान ने लिखिया सी कहिंदे टुट जानी तार सरंगी दी पारसा नित नहीं होए गाना। समय नहीं जी मिलदा इदां ही समझ लियो। ये ना सोचो कल जथियां वास्ते ही टाइम सीमित है, साडे वास्ते भी टाइम सीमित है। गणकाली सब दिवस सास ने बढ़न कढ़न तिल सार अपने जिंदगी दे सवासा नू धर्म लेखे ला दिओ महाराज दे रंग विच रंग के अगली जिंदगी आ तो बाद आपां मनाईए आनंदमई। गुरु महाराज की कृपा होवे सारिआं नू, भगती का रंग चढ़े, सतगुर मेहर करे, फिर अगले दीवान में जिवें हुक्म होएगा आपके दर्शन करांगे जी।